ਸਸੇਕਾ ਬਾਪੂ ਜੀ ਬਾਪੂ ਹਾਂ ਕੀ ਹੋਇਆ ਸੋ ਗਏ ਤੁਸੀਂ ਇੱਧਰ ਕਿ ਸੋ ਰਹੇ ਹੋ ਆ ਜਾਓ ਮੈਂ ਕੰਮ ਕਰ ਰਿਹਾ ਸੀਗਾ ਆ ਜਾਓ ਕੰਮ ਨਹੀਂ ਕੀ ਹੋਇਆ ਕੀ ਤੈਨੂੰ ਨਾ ਨਾ ਤੂੰ ਕਿਉਂ ਉੱਠਿਆ ਪਿਆ ਮੈਂ ਤਾਂ ਜੀ ਉਹ ਆਪਣਾ ਹੈਗਾ ਨਹੀਂ ਰੋਹਨ ਹਾਂ ਉਹਦੇ ਵਿਆਹ 'ਚ ਗਿਆ ਸੀ ਬੂਟ ਸ਼ੂਟ ਪਾ ਕੇ ਤੂੰ ਕੀ ਕਰਨ ਦਿਆ ਮੈਂ ਆਇਆ ਕਿੱਥੋਂ ਆਇਆ ਵਿਆਹ ਤੋਂ ਦੱਸਿਆ ਤੁਸੀਂ ਸੱਚ ਬੋਲ ਤੂੰ ਵਿਆਹ ਤੋਂ ਆਇਆ ਕਿ ਆਪਣੀ ਕਿਤੇ ਗੁੱਲੀ ਡੰਡਾ ਖੇਡਿਆ ਤੈਨੂੰ ਕਾਲੇ ਕੁੱਤੇ ਦੀ ਸੌਂ ਜੇ ਤੂੰ ਝੂਠ ਬੋਲਿਆ ਕੁੱਤਾ ਮਰ ਜਾਏਗਾ ਜੀ ਗਲੀ ਦਾ ਕਾਲਾ ਕੁੱਤਾ ਮਰ ਜਾਏ ਮੇਰੇ ਕਾਲੇ ਕੁੱਤੇ ਸੌ ਮੈਂ ਸਹੀ ਸੌ ਖਾ ਕੇ ਆਉਂਦਾ ਕਿਹਦੇ ਨਾਲ ਗਿਆ ਸੀ ਅੱਜ 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 ਆਪਾਂ ਕਮਰੇ ਜਾ ਕੇ ਨਹੀਂ ਨਹੀਂ ਇੱਥੇ ਇੱਥੇ ਗੱਲ ਕਰ ਮੇਰੇ ਨਾਲ ਮੈਂ ਬਾਹਰ ਨਹੀਂ ਆ ਤੈਨੂੰ ਕਾਲੇ ਕੁੱਤੇ ਸੌ ਤੂੰ ਕਿਹਦੇ ਨਾਲ ਜੀ ਗਿਆ ਸੀ ਤੂੰ ਰਾਤ ਵੇਲੇ ਕਿੱਥੋਂ ਆ ਰਿਹਾ ਪਹਿਲੇ ਉਹ ਦੱਸ ਫਰੈਂਡਸ ਨੇ ਵਿਆਹ ਤੇ ਗਏ ਸੀ ਖੇਲਿਆ ਕਿਹਦੇ ਨਾਲ ਸੀ ਓਕੇ ਖੇਡਣ ਖੁੱਡਣ ਆਪਾਂ ਛੱਡਤਾ ਹੁਣ ਤੇਰਾ ਗੁਜ਼ਾਰਾ ਖੇਡਣ ਦੇ ਬਗੈਰ ਹੋ ਜਾਂਦਾ ਹਾਂ ਹੁਣ ਮੈਂ ਨਾ ਮੈਂ ਸੋਚਿਆ ਮੈਂ ਤੂੰ ਮੇਰਾ ਪੁੱਤ ਨਹੀਂ ਆ ਚਲੇ ਜਾ ਤੂੰ ਬਾਹਰ ਜਿਹੜਾ ਨਹੀਂ ਨਹੀਂ ਮੇਰਾ ਬੇਟਾ ਜੋ ਖੇਲ ਨਹੀਂ ਸਕਦਾ ਉਹ ਕਿਸੇ ਕੰਮ ਕਰਨੀ ਦਾ ਚਲ ਨਹੀਂ ਦੇਖੋ ਪੁੱਤ ਮੈਂ ਤੁਹਾਡਾ ਹੀ ਆ ਤੇ ਨਾਮ ਪੂਰਾ ਰੋਸ਼ਨ ਕਰਦਾ ਤੁਹਾਡਾ ਪੁੱਤ ਹੁਣ ਨਾ ਮੈਂ ਨਾ ਸੋਚ ਰਿਹਾ ਹੁਣ ਨਾ ਲਾਈਫ ਸੀਰੀਅਸ ਇੱਕ ਗੱਲ ਦੱਸ ਤੂੰ ਆ ਹੁਣ ਤੱਕ ਕਿੰਨੀਆਂ ਵਿਕਟਾਂ ਦਿੱਤੀਆਂ ਵਿਕਟਾਂ ਦੇ ਫਿਰ ਆਪਾਂ ਫਿਰ ਉਹ ਗਿਣਤੀ ਮੁੱਲ ਨੂੰ ਤਾਂ ਆ ਗਿਆ ਤੂੰ ਦੀਵਾਲੀਆਂ ਕਿੰਨੀਆਂ ਮਨਾਈਆਂ ਅੱਜ ਤੱਕ ਕਿਹੜਾ ਟਾਈਮ ਵੇਖੋ ਤੁਸੀਂ ਕਿਹੜੀਆਂ ਗੱਲਾਂ ਚ ਆ ਗਏ ਤੁਸੀਂ ਦੱਸ ਤੂੰ ਦੀਵਾਲੀਆਂ ਕਿੰਨੀਆਂ ਮਨਾਈਆਂ ਅੱਜ ਤੱਕ ਤੁਸੀਂ ਪੈਗ ਲਾਇਆ ਮੇਰਾ ਕਹਿਣ ਦਾ ਮਤਲਬ ਹੈ ਕਿ ਖਾਲੀ ਦੋ ਲਾਏ ਸੀ ਦੋ ਬਾਕੀ ਰਹਿ ਗਏ ਚਲ ਮੈਂ ਬਾਅਦ ਚ ਲਗਾ ਲਾਂ ਕੋਈ ਨੀ ਗੱਲ ਤੁਸੀਂ ਬਹੁਤ ਕਮਜ਼ੋਰ ਬਿਜ਼ਨਸਮੈਨ ਹੈ ਤੁਸੀਂ ਆਪ ਜਿਹੜਾ ਬਿਜ਼ਨਸਮੈਨ ਹੁੰਦਾ ਤੁਸੀਂ ਗੱਲਾਂ ਲੈ ਕੇ ਬਹਿ ਗਏ ਸੀ ਜੇ ਇੱਕ ਵਾਰ ਕੋਈ ਗੱਲ ਮੇਰੀ ਬਾਤ ਸੁਣ ਹਾਂਜੀ ਹਾਂਜੀ ਜਿਹੜਾ ਬਿਜ਼ਨਸਮੈਨ ਹੁੰਦਾ ਨਾ ਪਹਿਲੇ ਆਪਣੇ ਮਕਸਦ ਤੇ ਆਂਦਾ ਬਾਅਦ ਚ ਦੂਜੀ ਗੱਲ ਕਰਦਾ ਤੂੰ ਪਹਿਲੇ ਦੂਜੀਆਂ ਗੱਲਾਂ ਕਰਨਾ ਹੈ ਮਤਲਬ ਦੀ ਗੱਲ ਤਾਂ ਤੂੰ ਕਰਦਾ ਨਹੀਂ ਸਰ ਮੈਂ ਹੁਣ ਗੱਲ ਤਾਂ ਸੁਣਨਾ ਇੱਕ ਵਾਰੀ ਸਰੋ ਮੈਂ ਤਾਂ ਇਹ ਸੋਚਿਆ ਆਪਾਂ ਆਪਣਾ ਜਿਹੜਾ ਟਰੈਕਟਰ ਦਾ ਬਿਜ਼ਨਸ ਹੈ ਨਾ ਐਕਸਪੈਂਡ ਕਰਨਾ ਵਧੀਆ ਮੈਂ ਇੱਕ ਬਿਜ਼ਨਸ ਪਲਾਨ ਲੈ ਕੇ ਆਇਆ ਉਹਦੇ ਲਈ ਨਾ ਇੱਕ ਮੀਟਿੰਗ ਲਈ ਮੈਂ ਜਾਣਾ ਗੋਆ ਕੱਲੇ ਨੀ ਮੈਂ ਤੇ ਦੋ ਤਿੰਨ ਪਲੈਨਰ ਪਲੈਨਰ ਸਾਥ ਮੇ ਜਾਣਗੇ ਨਹੀਂ ਹੈਗੇ ਮੇਰੇ ਨਾਲ ਪਲੈਨ ਨੇ ਪਲੈਨ ਕੀਤਾ ਤੇ ਪਲੈਨਰ ਵੀ ਨਾਲ ਹੋਣਗੇ ਨਹੀਂ ਨਹੀਂ ਸੱਚੀ ਨਾਲ ਕੰਮ ਲਈ ਬਾਪੂ ਪੱਕਾ ਕੰਮ ਲਈ ਗੋਆ ਜਾਣਾ ਕਿੰਨੇ ਦਿਨ ਦੀ ਮੀਟਿੰਗ ਹੈ ਤੇਰੀ ਉੱਥੇ ਹਫਤਾ ਤਾਂ ਲੱਗੂ ਹਫਤੇ ਦੀ ਮੀਟਿੰਗ ਚੱਲੇਗੀ ਬੀਚ ਦੇ ਉੱਤੇ ਗੋਰੀਆਂ ਲਟਕਦੀਆਂ ਉੱਥੇ ਉਹਨਾਂ ਦਾ ਕੀ ਕਰੇਗਾ ਤੂੰ ਬਾਬੂ ਮੈਂ ਕੰਮ ਸੁਣਾਉਂਦੀ ਗੱਲ ਸੁਣ ਇੱਕ ਵਾਰੀ ਉਹ ਤਾਂ ਗੋਰੀਆਂ ਆਪਾਂ ਸਾਈਕਲ ਚੱਲਣ ਨਾਲ ਕਰੋਗੇ ਹੈਗਾ ਟਾਈਮ ਤੁਹਾਡੇ ਕੋਲ ਨਹੀਂ ਯਾਰ ਮੇਰੇ ਕੋਲ ਟਾਈਮ ਨਹੀਂ ਮੈਂ ਤਾਂ ਜਿਨ੍ਹਾਂ ਦੀ ਮੀਟਿੰਗ ਤੇ ਜਾ ਰਿਹਾ ਉਹਨਾਂ ਕੋਲ ਪੈਸੇ ਲੈਣ
ਉਹ ਨਹੀਂ ਨਹੀਂ ਇੱਕ ਵਾਰੀ ਤਾਂ ਸਾਨੂੰ ਇਨਵੈਸਟ ਕਰਨਾ ਪਊਗਾ ਨਾ ਕਿਉਂ ਉਹਨਾਂ ਨੇ ਪ੍ਰੈਸ ਕਰਨਾ ਨਾ ਉਹ ਟਰੈਕਟਰ ਦੇ ਬਿਜ਼ਨਸ ਦੇ ਵਿੱਚ ਇੰਟਰਸਟਿਡ ਨਹੀਂ ਉਹ ਸਾਡੀ ਏਜੰਸੀ ਉਹ ਆਪਣੀ ਫਰੈਂਚਾਈਜ਼ੀ ਲੈਣਗੇ ਉਹ ਸਵਰਾਜ ਟਰੈਕਟਰ ਦੀ ਨਹੀਂ ਮੈਂ ਇਹ ਇੰਡਸਟਰੀ ਦੇ ਵਿੱਚ ਇੰਟਰਸਟਿਡ ਨਹੀਂ ਖਤਮ ਉਹ ਨਹੀਂ ਨਹੀਂ ਐ ਨਾ ਕਹੋ ਆਪਣਾ ਫਾਇਦਾ ਹੈ ਬਾਪੂ ਦੇਖੋ ਪੈਸੇ ਪੈਸੇ ਟਰੈਕਟਰ ਗੋਆ ਦੇ ਟਰੈਕਟਰ ਆਪਾਂ ਗੋਆ ਵਿੱਚ ਜਾਵਾ ਕਰਾਂਗੇ ਨਾਲੇ ਫੈਮਿਲੀ ਤੱਕ ਆਪਣੀ ਫੈਮਿਲੀ ਹੋ ਜਾਇਆ ਕਰੂਗੀ ਏਜੰਸੀ ਦੀ ਏਜੰਸੀ ਫਾਇਦਾ ਆਪਣਾ ਹੀ ਨੇ ਇੱਕ ਵਾਰੀ ਸਦਾ ਨੂੰ ਪਤਾ ਉੱਥੇ ਗੋਆ ਦੇ ਵਿੱਚ ਰਸ਼ੀਅਨ ਮਾਲ ਬਹੁਤ ਆਇਆ ਅੱਛਾ ਫਿਰ ਕੀ ਕਰੀਏ ਵੋਡਕਾ ਪੀਏ ਨਹੀਂ ਵੋਡਕਾ ਤਾਂ ਖੈਰ ਉਹ ਤਾਂ ਲੱਗਣਾ ਹੀ ਹੈ ਅੱਛਾ ਮਾਲ ਬਹੁਤ ਹੈ ਉੱਥੇ ਠੀਕ ਹੈ ਤੇ ਤੂੰ ਕਿਹੜੇ ਮਾਲ ਦੀ ਤਲਾਸ਼ 'ਚ ਜਾ ਰਿਹਾ ਹੁੰਦਾ ਮੈਂ ਤਾਂ ਕੰਮ ਕਰਨ ਜਾਣਾ ਤੂੰ ਮੈਂ ਸਾਰੇ ਦੇਖੋ ਇੱਕ ਬਾਤ ਸੁਣੋ ਜੀ ਮੇਰੀ ਬਾਤ ਸੁਣੋ ਜੋ ਲੜਕਾ ਅਸਲ ਕੰਮ ਨਹੀਂ ਕਰ ਸਕਦਾ ਉਹ ਕਿਸੇ ਕੰਮ ਕਾ ਨਹੀਂ ਕਰਾ ਤੇਰਾ ਅਸਲ ਮਕਸਦ ਕੀ ਆ ਉਹ ਦੱਸ ਬਾਕੀ ਮੈਨੂੰ ਕੰਮ ਕਰਦੇ ਰਾਤ ਦੇ 3 ਵਜ ਗਏ ਹੁਣ ਮੈਨੂੰ ਆਪਣਾ ਮੈਂ ਸਹੀ ਮੁੱਦੇ ਦਾ ਮੈਨੂੰ ਲੱਖ ਰੁਪਏ ਚਾਹੀਦਾ ਨਾ ਨਾ ਐ ਨਹੀਂ ਐ ਕਰਕੇ ਇਨਵੈਸਟ 10 ਲੱਖ ਤੂੰ ਆਂਦੀ ਵਾਲੀ 10 ਲੱਖ ਲੈ ਕੇ ਆਇਆ ਹਾਂ ਕਿੰਨੇ ਦਿਨਾਂ 7 ਦਿਨਾਂ 'ਚ 10 ਲੱਖ ਹਾਂ 1 ਲੱਖ ਪਾਇਆ ਤੇ 10 ਲੱਖ ਆਇਆ ਬਾਪੂ ਵੀ ਨਹੀਂ ਹੋ ਸਕਦੇ ਨੇ ਪਲੈਨਰ ਕੌਣ ਕੌਣ ਨੇ ਨਾ ਪਲੈਨ ਦੇਖੋ ਫਿਰ ਨਾ ਸਰਪ੍ਰਾਈਜ਼ ਐਲੀਮੈਂਟ ਖਤਮ ਹੋ ਗਿਆ ਗੱਲ ਦਾ ਤੁਸੀਂ ਬਸ ਦੇ ਦਿਓ ਅੱਛਾ ਕਿੱਧਰ ਉਹ ਤੇਰਾ ਉਹ ਹਿਸਾਬ ਤਾਂ ਨਹੀਂ ਕਿ ਸਾਰੀਆਂ ਬੀਬੀਆਂ ਆਈਆਂ ਸਤਵੰਤ ਕੌਰ ਨਾ ਆਈ ਸਾਰੀਆਂ ਬੀਬੀਆਂ ਆਈਆਂ ਸਤਵੰਤ ਕੌਰ ਨਾ ਆਈ ਦੇਖੋ ਬੀਬੀ ਕਿਹੜੀ ਜਾ ਰਹੀ ਨਾਲ ਉਹ ਦੱਸ ਹੈ ਕਿ ਇਹ ਗੱਲ ਵੀ ਲਾ 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 ਜੇ ਨਾ ਉਹ ਤਾਂ ਦੱਸ ਦਾ ਹੈਗੀ ਆ ਇੱਕ ਗੱਲ ਹੈਗੀ ਸੁਣ ਹਾਂਜੀ ਕੀ ਹੈ ਉੱਥੋਂ ਦੀਆਂ ਜਿਹੜੀਆਂ ਬੀਬੀਆਂ ਨਾ ਰਸ਼ਨ ਬੀਬੀਆਂ ਹਾਂਜੀ ਹਾਂਜੀ ਅਤੇ ਗੋਰੀਆਂ ਬੀਬੀਆਂ ਹਾਂਜੀ ਉਹ ਤੇਰੇ ਵਰਗੇ ਲੌਂਡਿਆਂ ਨੂੰ ਲੁੱਟ ਲੈਂਦੀਆਂ ਤੁਹਾਨੂੰ ਲੱਗਦਾ ਕਿ ਮੈਨੂੰ ਹਾਂ ਬਿਲਕੁਲ ਲੱਗਦਾ ਮੈਂ ਰੋਵਾਂ ਨਾ ਕਿਉਂਕਿ ਮੈਂ ਰੋਵਾਂ ਨਾ ਰੋਹਨ ਦਾ ਵਿਆਹ ਹੋ ਗਿਆ ਮੈਂ ਤੂੰ ਤਾਂ ਕੁੜੀ ਖਾ ਚੁੱਕੀ ਹੁਣ ਤੂੰ ਰੋਹਨ ਕੋਲੋਂ ਵੀ ਗਿਆ ਗੁਜ਼ਰਿਆ ਕਿਉਂ ਉਹ ਤਾਂ ਫਿਰ ਵੀ ਜਾ ਕੇ ਅਗਲੇ ਨੂੰ ਬੋਲ ਦਿੰਦਾ ਮਾਈ ਲਵ ਯੂ ਤੂੰ ਤਾਂ ਇੰਨਾ ਵੀ ਨਹੀਂ ਬੋਲ ਪਾਉਂਦਾ ਆਪਾਂ ਸਿੱਧਾ ਕਹੀਦਾ ਆਪਾਂ ਤਾਂ ਸਿੱਧਾ ਕੰਮ ਘੜੀ ਚ ਕਰਦਾ ਕੰਜਰ ਹੈ ਚਲੋ ਨੰਬਰ 1 ਕੰਜਰ ਹੈ ਤੂੰ ਤਾਂ ਪੈਸੇ ਤਾਂ ਫੜਾ ਦੋ ਫਿਰ ਨਾ ਪੈਸੇ ਨਹੀਂ ਮਿਲਦੇ ਐ ਨਾ ਕਰੋ ਤੂੰ ਮੈਂ ਤੈਨੂੰ ਕਿਹਾ ਤੈਨੂੰ ਪੈਸੇ ਨਹੀਂ ਮਿਲਦੇ ਐ ਨਾ ਬਾਤ ਕਰ ਆਇਆ ਚੁੱਪ ਕਰਕੇ ਚੱਲ ਪਲੀਜ਼ ਘਰ ਮੇ ਬੈਕ ਆਓ ਤੇ ਜਾਣਾ ਆਪਾਂ ਕੱਲ ਸਵੇਰੇ ਠੀਕ ਹੈ ਲੱਖ ਸਾਲ ਜੀਂਦਾ ਰਹੇ ਸਵੇਰੇ ਜਾਣਾ ਪੁੱਤਰ ਹੋਣ ਪਰਪੋਤਰੇ ਹੋਣ ਤੇਰਾ ਸਭ ਹੋਊਗਾ ਲਹੂ ਪੀਣ ਲਹੂ ਜੀ ਮੇਰਾ ਕੀ ਲਹੂ ਇੰਨੀ ਬੋਤਲ ਬਣਾਈ ਹੈ ਸਰਕਾਰ ਨੇ ਉਹ ਵੀ ਮੇਰੀ ਗੱਲ ਸੁਣੋ ਹਾਂਜੀ ਕੱਲ ਸਵੇਰੇ ਜਾਣਾ ਮੈਂ ਛੇਤੀ ਹੁਣ ਹੋਣਾ ਕਰੋ ਤੇਰਾ ਬਜਟ ਕਿੱਦਾਂ ਹੈ ਲੱਖ ਰੁਪਇਆ ਕਿਵੇਂ ਬਣਿਆ ਉਹ ਦੇਖੋ ਮੈਂ ਤੁਹਾਨੂੰ ਇਸ ਚੀਜ਼ ਦੇ ਉੱਤੇ ਇੰਨਾ ਪੈਸਾ ਖਰਚ ਕਰ ਦੇਖੋ ਮੇਰੀ ਗੱਲ ਸੁਣ ਜਨਾਨੀ ਦੇਖੋ ਜਿਹੜਾ ਆਦਮੀ ਜਨਾਨੀ ਦੇ ਉੱਤੇ ਪੈਸਾ ਖਰਚ ਕਰੇ ਉਹ ਕਿਸੇ ਕੰਮ ਦਾ ਨਹੀਂ ਮੈਂ ਅੱਜ ਤੱਕ ਜਿੰਨੀਆਂ ਜਨਾਨੀਆਂ ਦੇ ਨਾਲ ਘੁੰਮਿਆ ਜਨਾਨੀਆਂ ਨੇ ਮੇਰੇ ਤੇ ਪੈਸਾ ਖਰਚ ਕੀਤਾ ਕਿਉਂ ਹੈਂਡਸਮ ਆਦਮੀ ਹੈਂਡਸਮ ਦੇਖੋ ਆਲ ਜਨਾਨੀਸ ਪੇਇੰਗ ਮਾਈ ਬਿਲਸ ਐਂਡ ਆਈ ਐਮ ਜਸਟ ਐਂਟਰਟੇਨਿੰਗ ਨਹੀਂ ਮੈਂ ਤਾਂ ਆਪਣੀ ਬੇਬੇ ਦਾ ਪੁੱਤਾਂ ਬੇਬੇ ਕਹਿੰਦੇ ਬੇਟਾ ਇਸ ਬੇਸਿਕ ਸ਼ਿਵਲਰੀ ਯੂ ਹੈਵ ਟੂ ਪੇ ਇਟ ਸ਼ਿਵਲਰੀ ਇਹੋ ਜਿਹੀ ਸ਼ਿਵਲਰੀ ਕਿਸੇ ਕੰਮ ਦੀ ਜਿਹੜੀ ਲੱਖ ਰੁਪਈਆ ਲੁਟਾ ਕੇ ਤੇ ਸ਼ਿਵਲਰੀ ਕਰਕੇ ਆਏ ਮੈਂ ਖੋਤੇ ਦਾ ਪਿਓ ਨਹੀਂ ਬਣ ਸਕਦਾ ਮੈਂ ਤੈਨੂੰ ਦੱਸਿਆ ਜਿਹੜੀ ਬੀਬੀ ਤੇਰੇ ਨਾਲ ਜਾ ਰਹੀ ਹੈ ਉਹਨੂੰ ਕਹਿ ਤੂੰ ਆਪਣੀਆਂ ਵੰਗਾਂ ਵੇਚ ਤੇ ਤੈਨੂੰ ਮੈਂ ਐਸ਼ ਕਰਾਵਾਂਗਾ ਉਹਦੀਆਂ ਵੰਗਾਂ ਵਿੱਚ ਖਵਾ ਤੁਹਾਡਾ ਸੈਂਸ ਆਫ ਹਿਊਮਰ ਉਹਦਾ ਗਹਿਣਾ ਤਾਂ ਹੀ ਮੈਂ ਸੋਚਾਂ ਬੇਬੇ ਨਾਲ ਅਲੰਗ ਰੂਮ 'ਚ ਸੌਣ ਲੱਗੀ ਅੱਜ ਕੱਲ੍ਹ ਤੁਸੀਂ ਨਾ ਬਿਲਕੁਲ ਹੀ ਤੁਹਾਡਾ ਸੈਂਸ ਆਫ ਹਿਊਮਰ ਨਾ ਹੋ ਗਿਆ ਬੇਬੇ ਤੇਰੀ ਇਸ ਪਿੱਛੇ ਅਲੱਗ ਰੂਮ 'ਚ ਰਹਿੰਦੀ ਹੈ ਉਹਨੂੰ ਪਤਾ ਮੈਂ ਰਾਤ ਨੂੰ ਆਪਣਾ ਹਿਸਾਬ ਕਿਤਾਬ ਕਰਕੇ ਆਉਂਦਾ
ਸੁਣ ਰਿਹਾ ਰੱਬ ਰੱਬ ਨੇ ਤਾਂ ਮੈਨੂੰ ਬਣਾ ਕੇ ਭੇਜਿਆ ਥੱਲੇ ਰੱਬ ਨੇ ਕਿਹਾ ਜਾ ਤੂੰ ਐਸ਼ ਕਰ ਮੈਂ ਐਸ਼ ਕਰ ਮੈਂ ਹੁਣ ਪੁੱਤ ਨਾ ਕਰੇ ਐਸ਼ ਪੁੱਤ ਨਾ ਜਾਵੇ ਖੂਹਾ ਪੈਸਾ ਖਰਚ ਕਰਕੇ ਜੋ ਐਸ਼ ਕਰਦਾ ਉਹ ਬੇਵਕੂਫ ਹੈ ਬਿਨਾਂ ਪੈਸੇ ਦੀ ਕਿਹੜੀ ਐਸ਼ ਹੁੰਦੀ ਹੈ ਸਾਹਮਣੇ ਦੀ ਜੇਬ ਦੇ ਐਸ਼ ਹੁੰਦੀ ਸਾਹਮਣੇ ਜੇਬ ਆਪਾਂ ਕਿਸੇ ਬਗਾਰ ਨਹੀਂ ਕੱਟੀਦਾ ਆਪਾਂ ਆਪਣੇ ਖੁੱਲਾ ਖਰਚੀ ਦਾ ਖੁਦ ਦਾ ਖਾਈ ਦਾ ਨਾਲ ਦੂਜਿਆਂ ਨੂੰ ਖਿਲਾਈ ਦਾ ਅਬ ਬੀ ਸੀਰੀਅਸ ਔਨ ਸੀਰੀਅਸ ਨੋਟ ਹਾਂਜੀ ਕਿੰਨੇ ਵਜੇ ਦੀ ਫਲਾਈਟ ਹੈ ਜਿਹੜੀ ਸਵੇਰੇ 6 ਵਜੇ ਦੀ ਕਿੰਨੇ ਵਜੀਆਂ ਨੇ 3:30 ਤੂੰ ਪਾਗਲ ਹੋ ਗਿਆ ਤੈਨੂੰ ਤਾਂ ਜਲਦੀ ਪਹੁੰਚਣਾ ਚਾਹੀਦਾ ਉਹ ਕੁੜੀ ਨੂੰ ਕਹਿ ਪੈਸੇ ਲਾਇਆ ਅਤੇ ਤੂੰ ਆ ਕੇ ਚੁਕਾ ਦੇਣਾ ਇੱਦਾਂ ਕਹਿ ਤੂੰ ਆ ਕੇ ਉਹਨੂੰ ਪੈਸੇ ਚੁਕਾ ਦੇਣਾ 1,00,000 ਰੁਪਏ ਮੈਂ ਤੈਨੂੰ ਦਾਂ ਨਾ ਜਦੋਂ ਤੂੰ ਵਾਪਸ ਆਏਗਾ ਨਾ ਉਹ ਸੋਚ ਇਹ ਹੁਣ ਨਹੀਂ ਦੇਖ ਜਾਂ ਤਾਂ ਤੇਰੀ ਟਿਕਟ ਕੈਂਸਲ ਹੋਏਗੀ ਤਾਂ ਜਾਂ ਜਨਾਨੀ ਨੂੰ ਕਹਿ ਪੈਸੇ ਲੈ ਆਵੇ ਜੇ ਜੇ ਤਾਂ ਉਹਨੇ ਐਸ਼ ਕਰਨੀ ਹੈ ਤੇਰੇ ਨਾਲ ਉਹਨੂੰ ਐਸ਼ ਚਾਹੀਏ ਕਿ ਤੈਨੂੰ ਐਸ਼ ਚਾਹੀਏ ਦੋਨਾਂ ਮਿਲ ਫਿਰ ਅੱਧਾ ਅੱਧਾ ਵੰਡੋ ਫਿਰ 50,000 ਰੁਪਇਆ ਤੂੰ ਲੈ ਕੇ ਜਾ 50,000 ਰੋਲ ਕੋ ਮੰਗਵਾ ਠੀਕ ਹੈ ਨਾ ਤੁਹਾਡੀ ਨਾ ਮੇਰੀ ਓਕੇ ਤੂੰ ਪਹਿਲੇ ਕੰਜਰਾ 50,000 ਦਾ ਬਜਟ ਮੈਨੂੰ ਪਹਿਲੇ 1,00,000 ਰੁਪਇਆ ਸੁਣਾਇਆ ਤਾਂ ਕਿ ਮੈਂ ਅੱਧੇ 'ਤੇ ਮੰਨ ਜਾਵਾਂਗਾ ਤੇਰੀ ਔਕਾਤ ਮੈਨੂੰ ਪੱਕੀ ਪੋਤਾ ਲੱਗ ਗਈ ਇਹ ਚਾਲਬਾਜ਼ੀਆਂ ਪਿਓ ਨਾਲ ਪੁੱਤ ਕਿਹਦਾ ਤਾਂ ਜਾ ਇੱਕ ਕੰਮ ਕਰ ਉੱਥੇ ਮੇਰਾ ਬੈਗ ਪਿਆ ਉਹਦੇ 'ਚ ਚਾਬੀ ਪਈ ਆ ਉੱਥੋਂ ਦੀ ਤਿਜੋਰੀ ਦੇ 'ਚ ਜੇ 50,000 ਤੋਂ 1 ਰੁਪਇਆ ਉੱਪਰ ਕੱਟਿਆ ਤਾਂ ਤੇਰੀ ਖੈਰ ਨਹੀਂ ਹੈ ਪੱਕਾ ਜੀ ਮੌਜ ਮਸਤੀ ਕਰ ਬਾਬਾ ਜੀ ਜਿੰਦੇ ਵਸਦੇ ਰਹੋ ਤੁਸੀਂ ਮੈਂ ਪੈਗ ਲੈ ਗਿਆ ਮੈਂ ਫੈਨੀ ਲੈ ਗਿਆ ਉਹ ਮੈਨੂੰ ਗੋਡਾ ਕੰਜਰ ਬਣ ਕੇ ਦੇਖ ਰਸ਼ੀਅਨ ਵੋਦਗਾ ਹਾਂ ਥੈਂਕ ਯੂ ਹੈਵ ਅ ਨਾਈਸ ਟਾਈਮ